ਤੇਰੇ ਵਾ ਕਾਜ਼ੀ ਦੀ ਮਾਰਾਂ ਮੈਂ ਕੁੜੀ ਦੇ ਫੁੱਦੇ 'ਚ ਲਲ ਕਿਸੇ ਗੰਦੀ ਨਸਲ ਦੇ ਆ ਤੇਰੇ ਨਸਲ ਦੀ ਸੱਤ ਪੁਸ਼ਤਾਂ ਦੀ ਮਾਂ ਦੀ ਫੁੱਦੀ ਪਾੜਾਂ ਮੈਂ ਤੂੰ ਕਿਸੇ ਗੰਦੀ ਨਸਲ ਦਾ ਤੇਰੇ ਪਿਓ ਦੀ ਬਸਤੀ ਦੀ ਮੈਂ ਕੁੜੀ ਦਾ ਫੁੱਦਾ ਪਾੜਾ ਉਹ ਤੇਰਾ ਪਿਓ ਹੋਈ ਇਹ ਨਾ ਜਿਹੜਾ ਯੂਬ ਨੇ ਬੰਦੂਕ ਦੇਂਦਾ ਆ ਪਿਆ ਕਿਸੇ ਗੰਦੀ ਨਸਲ ਦੇ ਆ ਕਾਜ਼ੀਆ ਤੇਰੀ ਕੁੜੀ ਨੂੰ ਲਲੋ ਮਾਰਾਂ ਤਿੰਨ 75 76 ਸਾਲਾਂ ਬੰਦਾ ਹੀ ਕੋਈ ਨਹੀਂ ਟੱਕਰਿਆ ਤੂੰ ਸਿੱਧਾ ਜਾ ਕੇ ਕੈਦੇ ਦੇ ਅੰਦਰ ਲੰਨ ਤੇ ਜਾ ਕੇ ਦੰਦੀ ਮਾਰੀ ਏ ਤੇਰੀ ਕੁੜੀ ਨੂੰ ਲਲੋ ਮਾਰਾਂ ਮੈਂ ਤੂੰ ਜਿਆਨਾ ਇਤਨਾ ਕਰੈਕਟੇਰੀਆ ਨਹੀਂ ਹੋਣਾ ਚਾਹੀਦਾ ਇਤਨੇ ਸਖਤ ਕਾਨੂੰਨ ਨਹੀਂ ਹੋਣੇ ਚਾਹੀਦੇ ਤੇ ਗੰਦੀ ਦੇ ਬੱਚਿਆ ਕਿਸੇ ਕੁੱਤੇ ਦੇ ਆ ਪੁੱਤਰਾ ਤੇਰੇ ਕੱਢ ਦੀ ਕੁੜੀ ਨੂੰ ਲਲ ਮਾਰਾਂ ਜੇ ਚੋਰਾਂ ਨੂੰ ਸਜ਼ਾ ਨਹੀਂ ਦੇਣੀ ਤੇ ਜੱਜ ਮਾਂ ਦੀ ਫੁੱਦ ਵਾਸਤੇ ਬੈਠਿਆ ਤੁਸੀਂ ਤੁਹਾਡੀ ਕੁੜੀ ਨੂੰ ਲਲ ਮਾਰਿਆ ਆ ਭੈਣ ਨੂੰ ਲਲ ਲਣਿਆ ਤੇਰੇ ਕਾਜ਼ੀ ਕੋ ਜ਼ਾਦੀ ਮਾਂ ਦੀ ਫੁੱਦ ਚ ਲਲ ਪਾਮ ਹੈ ਤੇਰੇ ਮਨੀਰ ਸ਼ਾਹ ਦੀ ਭੈਣ ਨਹੀਂ ਯਾਮ ਹੈ ਅਮਨੀਰਿਆ ਕੰਜਰੀ ਦੇ ਬੱਚਿਆ ਕਿਸੇ ਗੰਦੀ ਨਾਲੀ ਦੇ ਕੀੜੇ ਹੋ ਤੁਸੀਂ ਗੰਦੀ ਨਾਲੀ ਦੇ ਕੀੜੇ ਹੋ ਜਿੰਨਾਂ ਚ ਹਰ ਲਲ ਆਉਂਦਾ ਜਾਂਦਾ ਵੇ ਤੁਸੀਂ ਉਹ ਪੈਦਾਵਾਰ ਹੋ ਤੁਹਾਡੀਆਂ ਮਾਵਾਂ ਤੇ ਕੋਈ ਇੱਕ ਨਹੀਂ ਚੜਿਆ ਤੁਹਾਡੀਆਂ ਮਾਵਾਂ ਦੇ ਕੋਈ 101 ਚੜਿਆ ਤਾਂ ਤੁਸੀਂ ਗੰਦੀ ਨਸਲ ਦੇ ਪੈਦਾ ਹੋਏ ਹੋ ਤੁਹਾਡੀ ਭੈਣ ਦੀ ਫੁੱਦੀ ਮਾਰਾਂ ਮੈਂ ਨਵਾਜੂ ਦੀ ਭੈਣ ਨੂੰ ਲਲ ਨਮਾਜੂ ਦੀ ਮੋਈ ਮਾਂ ਦੀ ਫੁੱਦੀ ਦੇ ਉੱਤੇ ਸ਼ਾਇਦ ਠੀਕ ਠੋਕਾਂ ਮੈਂ ਉਹ ਗੰਦੀ ਨਸਲ ਦੀ ਉਹ ਰੰਡੀ ਉਹ ਬਾਜ਼ਾਰਾਂ ਚ ਨੱਚਣ ਵਾਲੀ ਕੰਜਰੀ ਉਹ ਵੀਲ ਚੇਰ ਤੇ ਬੈਠੀ ਆ ਕੇ ਮੇਰੇ ਪੁੱਤਰ ਦੇ ਬੇਗੁਨਾਹ ਮੇਰੇ ਪੁੱਤਰਾ ਤੇ ਚੋਰੀ ਕੀਤੀ ਕੋਈ ਨਹੀਂ ਜੱਜ ਜਰਨਲ ਜਰਨਲਿਸਟ ਮਾਂ ਦੀ ਫੁੱਦੀ ਆ ਰਿਹਾ ਆਂਦੇ ਨੇ ਨਹੀਂ ਜੀ ਸਰਕਾਰੀ ਅਜ ਜਾਇਦ ਤੁਹਾਡੀ ਕੁੜੀ ਦਾ ਫੁੱਦਾ ਮਾਰਿਆ ਜੇ ਤੁਸੀਂ ਚੋਰੀ ਨਹੀਂ ਕੀਤੀ ਤੇ ਪੈਸੇ ਫੁੱਦੀ ਤੁਹਾਡੀ ਮਾਉ ਦੀ ਵਿੱਚ ਵੜ ਗਏ ਨੇ ਹੈਂ ਤੁਹਾਡੀ ਲੰਨ ਭੈਣ ਦੇ ਫੁੱਦੇ ਚ ਮਾਰਾਂ ਮੈਂ ਤੇ ਉਹਨਾਂ ਤੁਹਾਡੇ ਸਪੋਰਟਰਾਂ ਦੀ ਵੀ ਭੈਣ ਦਾ ਫੁੱਦਾ ਜਿਹੜੇ ਪਟਵਾਰੀ ਜਿਹੜੇ ਜੱਲ ਭੈਣ ਪੇਸ਼ ਕਰਦੇ ਨੇ ਫੇ ਤੁੰਨ ਹੈ ਇਹਨਾਂ ਜਰਨਲਿਸਟ ਨੇ ਗਰੀਦਾ ਫਰੂਕੀ ਦੇ ਮੂੰਹ ਚ ਬੰਦਾ ਲਲ ਪਾਵੇ ਤੇ ਜਿਹੜੀ ਸਰਕਾਰੀ ਹੱਜਣ ਉਹ ਆਸੋ ਕੰਜਰੀ ਉਹਦਾ ਦਾ ਬੰਦਾ ਨੰਗਾ ਮੁਜਰਾ ਕਰਾਵੇ ਤੇ ਪੂਰਾ ਪਾਕਿਸਤਾਨ ਚ ਨੰਨ ਨਗਿਆ ਟੋਰੇ ਤੇ ਜਿਹੜਾ ਸਪੋਰਟਰ ਇਹਨਾਂ ਦੇ ਅੱਗੇ ਆਵੇ ਉਹਦੀ ਵੀ ਲਲ ਭੈਣ ਦਾ ਫੁੱਦਾ ਜਿਹੜਾ ਫਿਰ ਇੱਥੇ ਆ ਦਰਸ ਦੇਏ ਥੇ ਭੈਣ ਨੂੰ ਲੋਲ ਲਣੇ ਲਣ ਕੁੜੀ ਦੀ ਫੁੱਦ ਚ ਲੈਣੇ ਮੁਲਕ ਬਰਬਾਦ ਹੋ ਗਿਆ ਭੈਣ ਦੀ ਫੁੱਦੀ ਯਾਰ ਤੇ ਇਹਨਾਂ ਵਕੀਲਾਂ ਦੀ ਭੈਣ ਨੂੰ ਲੋਲ ਮਾਰੇ ਕੰਮ ਕਰਮ ਕਾਜੀ ਦੇ ਮੂੰਹ ਤੇ ਜੁੱਤੀ ਮਾਰਨ ਮੇਰੇ ਤੇ ਇਤਨੀ ਹਿੰਮਤ ਹੈ ਮੈਂ ਸੈਸ਼ਨ ਜੱਜ ਨਾਖਿਆ ਮੈਂ ਹਲਫ ਦਿੰਦਾ ਮੈਂ ਸੈਸ਼ਨ ਜੱਜ ਨਾਖਿਆ ਮਗਰ ਤੇਰੇ ਜੇ ਗਾਂਡੂ ਮੇਰਾ ਫੈਸਲਾ ਨਹੀਂ ਕਰ ਸਕਦੇ ਤੂੰ ਬੁੰਡ ਮਰਵਾਉਂਦਾ ਰਿਹਾ ਤੂੰ ਭੈਣ ਤੂੰ ਕਾ ਮੇਰਾ ਫੈਸਲਾ ਕਰੂ ਤੇ ਕਿਸ ਤਰ੍ਹਾਂ ਸ ਦੋ ਦਾ ਪਾਕਿਸਤਾਨੀਓ ਮੈਂ ਬੁਜ਼ਦਲ ਨਹੀਂ ਮੈਂ ਇਹਨਾਂ ਦੀ ਭੈਣ ਤੇ ਸੱਚਾ ਚੜਦਾ ਇਹ ਵਕੀਲ ਲੋਨ ਪੱਲਣੇ ਇਤਨਾ ਕੀ ਹੋਵੇਦਾ ਸਨਸਮਨ ਸੁਖ ਹੋਵੇਦਾ ਕੀ ਹੋਦਾ 6 ਮਹੀਨੇ ਸਜ਼ਾ ਹੋਵੇਦੀ ਇਤਨੇ ਬੁਸਦਲ ਨੇ ਭੈਣ ਦੋਗ ਵਕੀਲ ਵੀ ਇਹਨਾਂ ਜੱਜਾਂ ਦੇ ਮੂੰਹ ਤੇ ਜੁੱਤੀ ਨਹੀਂ ਮਾਰ ਸਕਦੇ ਉੱਥੇ ਜਾ ਕੇ ਇਹਨਾਂ ਦੀ ਬੱਕਰੀ ਸੋਮਨ ਬੋਕਮ ਨੋਮੀਨ ਫਾਰਮ ਲਾਜ